ਹਾਕੀ ਦੀ ਖੇਡ ਵਿੱਚ ਲਗਾਤਾਰ ਆ ਰਹੇ ਨਿਗਾਰ ਉੱਤੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਰਾਸ਼ਟਰੀ ਖੇਡ ਹਾਕੀ ਦੀ ਮਾੜੀ ਹਾਲਤ ਲਈ ਸਿਆਸਤਦਾਨਾਂ ਤੇ ਕਾਰੋਬਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦੀ ਮਾੜੀ ਹਾਲਤ ਨੂੰ ਲੈ ਕੇ ਜਿੱਥੇ ਖੇਡ ਪ੍ਰੇਮੀ ਫਿਕਰਮੰਦ ਨੇ, ਉੱਥੇ ਸੁਪਰੀਮ ਕੋਰਟ ਨੇ ਵੀ ਦੇਸ਼ ਵਿੱਚ ਹਾਕੀ ਦੇ ਆ ਰਹੇ ਨਿਗਾਰ ਤੇ ਦੁੱਖ ਪ੍ਰਗਟ ਕੀਤਾ। ਦੇਸ਼ ਦੀ ਸਰਵਉੱਚ ਅਦਾਲਤ ਨੇ ਹਾਕੀ ਦੀ ਖੇਡ ਦੇ ਡਿੱਗਦੇ ਪੱਧਰ ਲਈ ਖੇਡ ਜਥੇਬੰਦੀਆਂ ਦੇ ਕਾਬਜ਼, ਸਿਆਸਤਦਾਨਾਂ ਅਤੇ ਕਾਰੋਬਾਰੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਇਹ ਲੋਕ ਹਾਕੀ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ ਇਹਨਾਂ ਨੂੰ ਚਾਹੀਦਾ ਹੈ ਕਿ ਉਹ ਹਾਕੀ ਦੀ ਖੇਡ ਨੂੰ ਖਿਡਾਰੀਆਂ ਦੇ ਹਵਾਲੇ ਕਰ ਦੇਣ। ਸੁਪਰੀਮ ਕੋਰਟ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਖੇਡਾਂ ਦੇ ਜਿਹੜੇ ਕਰਤਾ ਧਰਤਾ ਬਣੇ ਬੈਠੇ ਨੇ, ਉਹਨਾਂ ਦਾ ਖੇਡ ਨਾਲ ਕੋਈ ਵਾਸਤਾ ਨਹੀਂ ਅਤੇ ਉਹ ਖੇਡ ਨੂੰ ਫਾਇਦਾ ਪਹੁੰਚਾਉਣ ਦੀ ਬਜਾਏ ਇਸ ਦਾ ਹੱਦ ਨਾਲੋਂ ਵੱਧ ਨੁਕਸਾਨ ਕਰ ਰਹੇ ਨੇ। ਜਸਟਿਸ ਟੀ.ਐਸ. ਠਾਕੁਰ ਅਤੇ ਜੇ. ਚਿਲਮੇਸ਼ਵਰ ਤੇ ਆਧਾਰਿਤ ਬੈਂਚ ਨੇ ਕਿਹਾ ਕਿ ਖੇਡਾਂ ਦੇ ਪ੍ਰਾਈਵੇਟ ਵਿਅਕਤੀ ਕਾਬਜ਼ ਨੇ, ਕਿ ਨਿੱਜੀ ਹਿੱਤਾਂ ਖਾਤਰ ਖੇਡ ਨੂੰ ਵਿਸਾਰਿਆ ਜਾ ਸਕਦਾ ਹੈ। ਬੈਂਚ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਨਿੱਜੀ ਹਿੱਤਾਂ ਕਾਰਨ ਹਾਕੀ ਦਾ ਪੱਧਰ ਨਿਵਾਣਾ ਵਾਲਾ ਹੈ ਅਤੇ ਟੀਮ ਨੂੰ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ, ਜਦਕਿ ਓਲੰਪਿਕਸ ਇੱਕੋ ਇੱਕ ਅਜਿਹੀ ਖੇਡ ਰਹੀ ਹੈ ਜਿੱਥੇ ਸਾਡਾ ਸੋਨ ਤਮਗਾ ਯਕੀਨੀ ਹੁੰਦਾ ਸੀ। ਇੰਡੀਅਨ ਹਾਕੀ ਫੈਡਰੇਸ਼ਨ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਗਈ। ਇੰਡੀਅਨ ਹਾਕੀ ਫੈਡਰੇਸ਼ਨ ਅਤੇ ਹਾਕੀ ਇੰਡੀਆ ਵਿਚਕਾਰ ਭਾਰਤੀ ਹਾਕੀ ਤੇ ਕਬਜ਼ੇ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ। ਇੰਡੀਅਨ ਹਾਕੀ ਫੈਡਰੇਸ਼ਨ ਨੇ ਆਪਣੀ ਅਰਜ਼ੀ ਵਿੱਚ ਮੰਗ ਕੀਤੀ ਹੈ ਕਿ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਹਾਕੀ ਫੈਡਰੇਸ਼ਨ ਨੂੰ ਮਾਨਤਾ ਦੇਣ ਬਾਰੇ ਆਰੰਭੀ ਗਈ ਕਾਰਵਾਈ ਤੇ ਰੋਕ ਲਾਈ ਜਾਏ। ਬੈਂਚ ਨੇ ਕਿਹਾ ਹੈ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਸਰਕਾਰ ਖੇਡਾਂ ਨੂੰ ਕਰਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ, ਜਿਸ ਕਾਰਨ ਇਹਨਾਂ ਤੇ ਕਬਜ਼ੇ ਨੂੰ ਲੈ ਕੇ ਕਈ ਵਿਅਕਤੀਆਂ ਵੱਲੋਂ ਪਟੀਸ਼ਨਾਂ ਪਾਈਆਂ ਗਈਆਂ ਨੇ। ਅਦਾਲਤ ਨੇ ਕਿਹਾ ਹੈ ਕਿ ਜੇਕਰ ਸਰਕਾਰ ਦੇ ਹੱਥ ਪੱਲੇ ਕੁਝ ਨਹੀਂ ਹੈ ਤਾਂ ਉਹਦੇ ਜਥੇਬੰਦੀਆਂ ਆਪਸ ਵਿੱਚ ਉਲਝਦੀਆਂ ਜਾ ਰਹੀਆਂ ਨੇ। ਬੈਂਚ ਨੇ ਸਵਾਲ ਕੀਤਾ ਹੈ ਕਿ ਕੀ ਕੋਈ ਅਜਿਹੀ ਫੈਡਰੇਸ਼ਨ ਵੀ ਹੈ ਜਿਹੜੀ ਅਦਾਲਤ ਦੇ ਚੱਕਰ ਨਾ ਕੱਟ ਰਹੀਆਂ ਹੋਣ। ਬੈਂਚ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਹੋਰ ਕਿਸੇ ਦੇਸ਼ ਵਿੱਚ ਖੇਡ ਜਥੇਬੰਦੀਆਂ ਦੇ ਕਬਜ਼ੇ ਨੂੰ ਲੈ ਕੇ ਇੰਨੀ ਮਾਰ ਧਾੜ ਨਹੀਂ ਹੁੰਦੀ। IHF ਦੀ ਦਲੀਲ ਸੁਣਨ ਤੋਂ ਬਾਅਦ ਬੈਂਚ ਨੇ ਉਹਨਾਂ ਦੇ ਵਕੀਲ ਨੂੰ ਸਵਾਲ ਕੀਤਾ ਹੈ ਕਿ ਫੈਡਰੇਸ਼ਨ ਨੂੰ ਚਲਾ ਕੌਣ ਰਿਹਾ ਹੈ, ਕਾਰੋਬਾਰੀ ਅਤੇ ਕੀ ਇਸ ਵਿੱਚ ਕੋਈ ਓਲੰਪੀਅਨ ਵੀ ਸ਼ਾਮਲ ਹੈ। ਅਦਾਲਤ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹਾਕੀ ਦੀ ਖੇਡ ਦਾ ਇੰਨਾ ਬੁਰਾ ਹਾਲ ਕਰ ਦਿੱਤਾ ਗਿਆ ਹੈ ਕਿ ਤੁਹਾਨੂੰ ਕੌਮਾਂਤਰੀ ਮੁਕਾਬਲਿਆਂ ਲਈ ਨਹੀਂ ਭੇਜਿਆ ਜਾ ਸਕਦਾ। ਹਾਕੀ ਦੀ ਖੇਡ ਦੇ ਮਿਆਰ ਨੂੰ ਚੁੱਕਣ ਲਈ ਹਰ ਪੱਖੋਂ ਕੋਸ਼ਿਸ਼ਾਂ ਜਾਰੀ ਨੇ ਅਤੇ ਇਸ ਦਾ ਰੁਤਬਾ ਬਹਾਲ ਕਰਵਾਉਣ ਲਈ ਜੀ ਤੋੜ ਮਿਹਨਤ ਹੋ ਰਹੀ ਹੈ। ਹੁਣ ਜਦ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦਾ ਮੇਜ਼ਬਾਨ ਭਾਰਤ ਹੈ ਤਾਂ ਦੇਖਣਾ ਹੋਏਗਾ ਕਿ ਕੀ ਹਾਕੀ ਨੂੰ ਉਹ ਮੁਕਾਮ ਹਾਸਲ ਹੋ ਸਕਦਾ ਹੈ। ਬਿਊਰੋ ਰਿਪੋਰਟ, ਡੀਆਰ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।